ਗੁੱਡ ਮਾਰਨਿੰਗ ਸਟੂਡੈਂਟਸ ਕਹਾਣੀ ਪੱਤਾ ਕਹਾਣੀਕਾਰ ਸੰ ਸਿੰਘ ਸੇਖੋ ਪੱਤਾ ਕਹਾਣੀ ਸਾਡੀ ਪੰਜਾਬੀ ਦੀ ਪਾਠ ਪੁਸਤਕ ਕਾਵ ਕਥਾ ਸਵੇਦਨਾ ਵਿੱਚ ਦਰਜ ਹੈ ਅਸੀਂ ਪਹਿਲੇ ਇਸ ਦੇ ਦੋ ਐਕਸਟ੍ਰੈਕਟ ਕਰ ਚੁੱਕੇ ਹਾਂ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਆਪਣੇ ਕਾਪੀਆਂ ਉੱਤੇ ਲਿਖ ਲੈ ਹੋਣਗੇ ਅੱਜ ਅਸੀਂ ਇਸ ਕਹਾਣੀ ਦਾ ਐਕਸਟ੍ਰੈਕਟ ਨੰਬਰ 3 ਡਿਸਕਸ ਕਰਾਂਗੇ ਇਸ ਯਾਂ ਐਕਸਟ੍ਰੈਕਟ ਲਾਈਨਸ ਹਨ ਥੋਡੇ ਘਰ ਪੈਣੇ ਤੇਰੀ ਮਾਂ ਤੋਂ ਡਰ ਲੱਗਦਾ ਹੈ ਸਾਡੇ ਘਰ ਵੀ ਆਜਿਆ ਕਰਨੀ ਪਹਿਲਾ ਪ੍ਰਸ਼ਨ ਇਹ वार्तालाप ਕਿੰਨਾ ਕਿੰਨਾ ਵਿੱਚ ਬੋਲੇ ਗਏ ਦੂਸਰਾ ਪ੍ਰਸ਼ਨ ਕਿਸ ਦੀ ਮਾਂ ਤੋਂ ਕਿਸ ਨੂੰ ਡਰ ਲੱਗਦਾ ਸੀ ਤੇ ਕਿਉਂ ਤੀਸਰਾ ਪ੍ਰਸ਼ਨ ਕਿਸ ਦੇ ਘਰ ਜਾਣ ਦੀ ਗੱਲ ਹੋ ਰਹੀ ਹੈ ਚੌਥਾ ਪ੍ਰਸ਼ਨ ਉਹਨਾਂ ਨੂੰ ਦੂਜੇ ਘਰ ਹੀ ਕਿਉਂ ਜਾਣਾ ਸੀ ਪਹਿਲਾ ਪ੍ਰਸ਼ਨ ਇਹ वार्तालाप ਕਿੰਨਾ ਕਿੰਨਾ ਵਿੱਚ ਬੋਲੇ ਗਏ ਕਹਾਣੀ ਦੇ ਅਨੁਸਾਰ ਇਹ वार्तालाप ਨਾਮੂ ਅਤੇ ਪੀਤੋ ਦੇ ਵਿਚਕਾਰ ਹੋ ਰਹੀ ਹੈ ਅਸਲ ਵਿੱਚ ਨਾਮੋ ਤੇ ਪੀਤੋ ਆਪਣੇ ਆਪਣੇ ਮੁਰਬੀਆਂ ਵਿੱਚ ਪੱਤਾ ਦੇ ਕੇ ਵਾਪਸ ਪਰਤ ਰਹੀਆਂ ਹੁੰਦੀਆਂ ਹਨ ਤਾਂ ਪੀਤੋ ਥੱਕ ਜਾਂਦੀ ਹੈ ਇਸ ਲਈ ਉਹ ਥਕੀਵੇਂ ਦਾ ਸਾਹ ਪਰਦੇ ਹਨ ਨਾਮੋ ਨੂੰ ਕਹਿੰਦੀ ਹੈ ਨਹੀਂ ਪੈਣੀ ਮੈਂ ਤਾਂ ਅੱਜ ਥੱਕ ਗਈ ਹਾਂ ਉਸ ਸਮੇਂ ਨਾਮੋ ਇੱਕ ਟਾਹਲੀ ਵੱਲ ਇਸ਼ਾਰਾ ਕਰਦੇ ਆਖਦੀ ਹੈ ਉਸ ਟਾਹਲੀ ਦੀ ਛਾਵੇਂ ਬੈਠਾਂਗੇ ਜਦ ਉਹ ਉਸ ਟਾਹਲੀ ਹੇਠਾਂ ਆਪਣੀਆਂ ਪੀਤੋ ਛੱਟ ਨਾਲ ਉੱਥੇ ਬੈਠ ਗਈ। ਨਾਮੋ ਵੀ ਉਸ ਦੇ ਕੋਲ ਬੈਠ ਜਾਂਦੀ ਹੈ ਤੇ ਦੋਵੇਂ ਆਪਸ ਵਿੱਚ ਗੱਲੇ ਬਾਤਾਂ ਲੱਗ ਜਾਂਦੀਆਂ ਹਨ। ਅਤੇ ਗੱਲਬਾਤ ਦੇ ਦੌਰਾਨ ਨਾਮੋ ਪੀਤੋ ਨੂੰ ਆਪਣੀ ਭਾਬੀ ਦੀ ਵਧਾਈ ਕਰਦੀਆਂ ਆਗਦੀ ਹੈ। ਪੀਤੋ ਹੁਣ ਭਾਬੀ ਨੇ ਇੱਕ ਬਾਗ ਲਾ ਲੈਣਾ ਹੈ। ਮਾਂ ਕਹਿੰਦੀ ਹੈ ਤੂੰ ਉਹਦੇ ਵਾਲਾ ਚਰਖਾ ਲੈ ਕੇ ਕੱਤਿਆ ਕਰੀ। ਉਸ ਸਮੇਂ ਨਾਮੋ ਪੀਤੋ ਨੂੰ ਦਰਖਾਸਤ ਕਰਦਿਆਂ ਕਹਿੰਦੀ ਹੈ ਕਦੇ ਤੁਹਾਡੇ ਘਰ ਛੋਪਾ ਲਿਆ ਕਰਾਂਗੇ ਕਦੇ ਸਾਡੇ ਘਰ ਪਰ ਪੀਤੋ ਕੁਝ ਮੜਕ ਨਾਲ ਉਸ ਦੀ ਮਾਂ ਦੇ ਕਰਾਰੇ ਸੁਭਾਅ ਦਾ ਹਵਾਲਾ ਦਿੰਦਿਆਂ ਉਪਰੋਕਸ਼ਬ ਆਕਦੀ ਹੈ ਹੁਣ ਦੂਸਰਾ ਪ੍ਰਸ਼ਨ ਕਿਸ ਦੀ ਮਾਤੋ ਕਿਸ ਨੂੰ ਡਰ ਲੱਗਦਾ ਸੀ ਤੇ ਕਿਉਂ ਨਾਮੋ ਦੀ ਮਾਤੋ ਪੀਤੋਂ ਨੂੰ ਡੱਲ ਲੱਗਦਾ ਸੀ ਕਿਉਂਕਿ ਉਹ ਕਰਾਰੇ ਸੁਭਾਅ ਦੀ ਮੂੰਹ ਫਟ ਕਿਸਮ ਦੀ ਔਰਤ ਸੀ ਉਹ ਕਿਸੇ ਨੂੰ ਵੀ ਬੋਲਣ ਲੱਗਿਆਂ ਅੱਗਾ ਪਿਛਾਂ ਨਹੀਂ ਵੇਖਦੀ ਸੀ ਇੱਥੋਂ ਤੱਕ ਕਿ ਉਹ ਆਪਣੀ ਧੀ ਨੂੰ ਹੀ ਮੰਦੇ ਸ਼ਬਦ ਬੋਲਦੀ ਸੀ ਤੇ ਮੰਦੇ ਸ਼ਬਦ ਬੋਲਣ ਲੱਗਿਆਂ ਉਸ ਨੂੰ ਬੁੱਡ ਬਲੇਟ ਵਰਗੇ ਸ਼ਬਦ ਆਖ ਦਿੰਦੇ ਸੀ ਉਹ ਉਸ ਦੇ ਖਸਮ ਤੇ ਭਰਾਵਾਂ ਨੂੰ ਪੇਟਦੀ ਹੈ ਤੇ ਉਸਵੇਰੇ ਸਵੇਰੇ ਹਾਕਾ ਮਾਰ ਕੇ ਛੱਤ ਪਾੜ ਲਗਾ ਪਾੜਨੀ ਲਗਾ ਦਿੰਦੇ ਸੀ ਨਾਲ ਹੀ ਨਾਲ ਉਸ ਨੇ ਹਰਨਾਮ ਸਿੰਘ ਨੂੰ ਵੀ ਕਾਬੂ ਕੀਤਾ ਹੋਇਆ ਸੀ ਤੇ ਨੂੰ ਵੀ ਉਸ ਦੇ ਵਸ ਵਿੱਚ ਸੀ ਉਸ ਦਾ ਆਪਣੇ ਘਰ ਦੇ ਵਿੱਚ ਪੂਰਾ ਦਬਦਬਾ ਸੀ ਉਸ ਦਾ ਆਂਡ ਕਵਾਂਡ ਵੀ ਉਸ ਦੇ ਸੁਭਾਅ ਤੋਂ ਪਲੀ ਪਾਤ ਜਾਣੂ ਸੀ ਉਹ ਬਹੁਤ ਹੀ ਖਰਵੇ ਸੁਭਾਅ ਦੀ ਮਾਲਕ ਸੀ ਇਸ ਤੋਂ ਇਲਾਵਾ ਪੀਤੋ ਬੜੀ ਡਰੂ ਤੇ ਮਨ ਦੀ ਹੋਲੀ ਕੁੜੀ ਸੀ ਸੋ ਇਹਨਾਂ ਉਪਰੋਕਤ ਕਰਨਾ ਕਰਕੇ ਉਹ ਨਾਮੋ ਦੀ ਮਾਂ ਤੋਂ ਬਹੁਤ ਡਰਦੀ ਸੀ ਕਿਸ ਦੇ ਘਰ ਜਾਣ ਦੀ ਗੱਲ ਹੋ ਰਹੀ ਹੈ ਪੀਤੋ ਦੁਆਰਾ ਨਾਮੋ ਦੇ ਘਰ ਜਾਣ ਦੀ ਗੱਲ ਹੋ ਰਹੀ ਹੈ ਅਸਲ ਵਿੱਚ ਨਾਮੋ ਪੀਤੋ ਨੂੰ ਆਪਣੇ ਘਰ ਚਰਖਾ ਕੱਤਣ ਦੀ ਸਲਾਹ ਦਿੰਦੀ ਹੈ ਪਰ ਪੀਤੋ ਉਸ ਦੀ ਮਾਂ ਦੇ ਅੜਬ ਸੁਭਾਅ ਤੋਂ ਡਰਦੀ ਹੋਈ ਸਲਾਹ ਤੇ ਲੀਕ ਫੇ ਦਿੰਦੀ ਹੈ ਤੇ ਉਸ ਨੂੰ ਆਪਣੇ ਘਰ ਛੋਪ ਪਾਉਣ ਦੇ ਜੋਰ ਦਿੰਦੀ ਹੈ ਇਸ ਤੇ ਨਾਮੋ ਹਾਰ ਜਹੀ ਮੰਨ ਲੈਂਦੀ ਹੈ ਪਰ ਨਾਲ ਹੀ ਉਹ ਉਸ ਨੂੰ ਆਪਣੀ ਮਾਂ ਵੱਲੋਂ ਨਿਸ਼ਚਿੰਤ ਕਰਦਿਆਂ ਤੇ ਤਸੱਲੀ ਦਿੰਦਿਆਂ ਕਹਿੰਦੀ ਹੈ ਕਿ ਉਹ ਕਦੇ-ਕਦੇ ਉਸ ਦੇ ਘਰ ਛੋ ਪਾਣ ਨਾਲ ਲਿਆ ਕਰਨਗੇ ਤੇ ਕਦੀ ਉਹ ਸਾਡੇ ਘਰ ਪਰ ਇਸ ਉਪਰੰਤ ਪੀਤੋ ਗੱਲ ਦਾ ਰੂਹ ਬਦਲਦਿਆਂ ਜਿੱਥੇ ਨਾਮੋ ਦੀ ਭਾਬੀ ਦੇ ਵਤੀਰੇ ਬਾਰੇ ਪੁੱਛਦੀ ਹੈ ਉੱਥੇ ਆਪਣੀ ਭਾਬੀ ਦੀ ਵਡਿਆਈ ਕਰਦੀ ਹੈ ਇਸ ਤਰ੍ਹਾਂ ਦੋਵੇਂ ਸਹੇਲੀਆਂ ਹਾਸਾ ਠੱਠਾ ਕਰਦਿਆਂ ਤੇ ਧੁੱਪ ਚੜਦੀ ਵੇਖ ਕੇ ਉੱਠ ਕੇ ਆਪਣੇ ਘਰਾਂ ਨੂੰ ਪਰਦ ਆਉਂਦੀਆਂ ਹਨ ਉਨਾਂ ਨੇ ਦੂਜੇ ਘਰ ਕਿਉਂ ਜਾਣਾ ਸੀ ਉਹਨਾਂ ਤੋਂ ਭਾਮ ਨਾਮੋ ਤੇ ਪੀਤੋ ਹੈ ਉਹਨਾਂ ਨੇ ਇੱਕ ਦੂਜੇ ਦੇ ਘਰ ਚੋਪ ਪਾਉਣ ਲਈ ਜਾਣਾ ਸੀ ਅਸਲ ਵਿੱਚ ਨਾਮੋ ਦੀ ਭਾਪੀ ਚਰਖਾ ਕੱਤਦੀ ਸੀ ਤੇ ਉਸ ਨੇ ਇੱਕ ਬਾਗ ਲਾ ਲਿਆ ਸੀ ਇਸ ਲਈ ਉਸ ਦੇ ਵਾਲਾ ਚਰਖਾ ਵਿਹਲਾ ਸੀ ਤੇ ਨਾਮੋ ਦੀ ਮਾਂ ਚਾਹੁੰਦੀ ਸੀ ਕਿ ਉਹ ਚਰਖਾ ਕੱਤਿਆ ਕਰੇ ਕਿਉਂਕਿ ਉਸ ਅਨੁਸਾਰ ਉਸ ਦੀ ਧੀ 12 ਵਰਿਆਂ ਦੀ ਬੁੱਢ ਬਲੇਡ ਹੋ ਚੁੱਕੀ ਹੈ ਇਸ ਲਈ ਉਸ ਦੀ ਮਾਂ ਚਾਹੁੰਦੀ ਹੈ ਕਿ ਉਸ ਦੀ ਧੀ ਵੀ ਆਪਣੀ ਭਾਬੀ ਵਾਂਗ ਸੁਗੜ ਸਿਆਣੀ ਬਣੇ ਸੋ ਇਹ ਹੀ ਕਾਰਨ ਸੀ ਕਿ ਨਾਮੋ ਪੀਤੋ ਨਾਲ ਰਲ ਕੇ ਚਰਖਾ ਕੱਤਣ ਦੀ ਗੱਲ ਕਰਦੀ ਹੈ ਕਿਉਂਕਿ ਉਹਨਾਂ ਦੋਹਾਂ ਸਹੇਲੀਆਂ ਵਿੱਚ ਗੂੜੀ ਸਾਂਝ ਸੀ ਤੇ ਉਹ ਦੋਵੇਂ ਹਨਣਾ ਸਨ ਇਸ ਲਈ ਉਸ ਦਾ ਮੰਨਣਾ ਸੀ ਕਿ ਇੱਕ ਪੰਥ ਦੋ ਕਾਇ ਦੇ ਕਥਨ ਅਨੁਸਾਰ ਜਿੱਥੇ ਉਹ ਦਾਵੇਂ ਆਪਸ ਆਪਣਾ ਦਾਜ ਤਿਆਰ ਕਰ ਲੈਣਗੀਆਂ ਉੱਥੇ ਦੂਜੇ ਪਾਸੇ ਉਹਨਾਂ ਦਾ ਮਨ ਪਰਚਾਵਾ ਵੀ ਹੋ ਜਾਵੇਗਾ ਇਸ ਤਰ੍ਹਾਂ ਬੱਚੇ ਅਸੀਂ ਸਾਰਾ ਐਕਸਟ੍ਰੈਕਟ ਹਿੰਸ ਦੀ ਮਦਦ ਦੇ ਨਾਲ ਡਿਸਕਸ ਕਰ ਲਿਆ ਹੈ ਤੁਸੀਂ ਹੁਣ ਇਹ ਚਾਰੋਂ ਪ੍ਰਸ਼ਨ ਹਿੰਸ ਦੀ ਮਦਰ ਦੇ ਨਾਲ ਆਪਣੀ ਕਾਪੀਆਂ ਤੇ ਨੋਟ ਕਰ ਲੈਣੇ